ਵੈਸੇ ਪਹਿਲਾਂ ਵੀ ਕਿਤੇ ਗੱਡੀ ਤੇ ਗਏ ਹੋ? ਮੈਨੂੰ ਕਿਤੇ ਆਰਾਮ ਹੀ ਨਹੀਂ ਹੁੰਦਾ ਜੀ। ਕਿਸੇ ਚੌਂਕੀ ਤੇ ਪਹਿਲਾਂ ਗਈ ਹੈ? ਤੇ ਜੀ ਇੱਕ ਅੱਧੀ ਤੇ ਗਈ ਸੀ, ਬਸ ਬਿਲਕੁਲ ਬੁੜੀ ਲੈ ਕੇ ਗਈ ਸੀ। ਤੁਹਾਡਾ ਪੀਰਾਂ ਨੂੰ ਮੰਨਦੇ ਹੋ? ਹਾਂਜੀ ਮੈਂ ਮੰਨਦੀ। ਤੁਹਾਡੇ ਪੁਰਾਣੀ ਕੋਈ ਸੇਵਾ ਵੀ ਹੈ ਕਿ? ਪੁਰਾਣੀ ਸੇਵਾ ਤਾਂ ਮਾਤਾ ਦੀ ਹੈ ਜੀ, ਕਰੀ ਮਾਈ ਦੀ ਹੈ। ਹਾਂਜੀ। ਕੌਣ ਕਰਦਾ? ਉਹ ਤਾਂ ਦੁਰਗਾ ਮਾਤਾ ਦੀ ਮੇਰੀ ਮਾਂ ਕਰਦੀ ਸੀ ਜੀ। ਤੇਰੀ ਮਾਂ ਕਰਦੀ? ਮੈਂ ਕਰਦੀ ਹਾਂ ਜੀ। ਕਿੰਨੇ ਸਾਲ ਹੋ ਗਏ ਬੱਚੇ ਦਾ? ਅਮੇ ਥੋੜੇ ਦਿਨ ਹੀ ਹੋਏ ਜੀ ਜੁੜੀ ਨੂੰ, ਤਾਂ 4-5 ਮਹੀਨੇ ਹੋ ਗਏ ਮੈਨੂੰ ਬਿਮਾਰ। ਦਿੱਕਤ ਤਾਂ ਬੱਚੇ ਤੇਰੇ ਪਹਿਲਾਂ ਤੋਂ ਹੈ? ਉਹ ਥੋੜੀ ਬਹੁਤੀ ਹੋਣੀ ਹੈ ਜੀ, ਮੈਨੂੰ ਪਤਾ ਕਬੂਲਦੀ ਨਹੀਂ ਸੀ। ਅੱਛਾ, ਕਿਸੇ ਦੇ ਪੀਰਾਂ ਦੇ ਦੰਦ ਵੀ ਪਾਏ ਹੋ ਤੁਹਾਡੇ? ਨਹੀਂ ਜੀ। ਹੈਂ? ਨਹੀਂ। ਕਿਸੇ ਦੇ ਪਾਇਆ ਤਾਂ ਨਹੀਂ ਹੋਇਆ ਧਿਆਨ ਕਰ? ਨਹੀਂ ਨਹੀਂ ਪਾਇਆ ਹੋਇਆ। ਨਹੀਂ ਪਾਇਆ। ਬੱਚੇ ਨਾ ਕਿਹਨੂੰ ਦਿਖਦੇ ਆ? ਸੱਪ ਮੈਨੂੰ ਦਿਖਦੇ ਜੀ। ਬੱਚੇ ਘਰੇ ਕੋਈ ਥਾਂ ਕੱਚੀ ਵੀ ਹੈ ਤੁਹਾਡੇ? ਹਾਂਜੀ, ਸਾਡਾ ਵਿਹੜਾ ਕੱਚਾ ਜੀ। ਕੱਚਾ? ਬੱਚੇ ਤੇਰੇ ਘਰੇ ਜਿੱਥੇ ਤੁਹਾਡਾ ਮੇਨ ਗੇਟ ਹੈ, ਮੇਨ ਗੇਟ ਦੇ ਅੰਦਰਲੀ ਸਾਈਡ ਸੱਜੇ ਪਾਸੇ ਚੀਜ਼ ਦੱਬੀ ਹੋਈ ਹੈ। ਅੱਛਾ ਜੀ। ਮਸ਼ਾਨੀ ਕੋਲੇ ਆ, ਕੋਲੇ ਮਤਲਬ ਸਮਝਦੀ ਆ ਨਾ, ਕੋਲੇ ਹੁੰਦੇ ਆ ਜਿਹੜੇ ਲੱਕੜੀਆਂ ਵਾਲੇ ਹੁੰਦੇ ਆ, ਮਸ਼ਾਨੀ ਕੋਲੇ ਆ, ਉਹ ਦੱਬੇ ਹੋਏ ਆ। ਠੀਕ ਹੈ, ਉਹ ਦੱਬੇ ਹੋਏ ਜਿਹਦੇ ਕਰਕੇ ਘਰ ਦੇ ਵਿੱਚ ਜਿਹੜੇ ਵੀ ਮੈਂਬਰਸ ਹੈਗੇ ਸਭ ਨੂੰ ਦਿੱਕਤ ਹੁੰਦੀ ਹੈ। ਹਾਂਜੀ, ਤੇ ਤੰਦੇ ਜਿਹੜੇ ਬਿਮਾਰ ਹੈ। ਹਾਂ, ਸਭ ਨੂੰ ਦਿੱਕਤ ਹੁੰਦੀ ਹੈ ਤੇ ਇਹੀ ਦਿੱਕਤ ਰਹਿੰਦੀ ਹੈ, ਘਬਰਾਹਟ ਪੈਂਦੀ ਹੈ ਤੇ ਉਲਟੀ ਆਉਣ ਦਾ ਮਤਲਬ ਇਦਾਂ ਹੁੰਦਾ ਕਿ ਉਹਨੂੰ ਉਲਟੀ ਆਏਗੀ। ਠੀਕ ਹੈ, ਕਿਉਂਕਿ ਉਹ ਮਸ਼ਾਨੀ ਕੋਲੇ ਦੱਬੇ ਹੋਏ ਆ ਬੱਚੇ। ਉਸ ਥਾਂ ਨੂੰ ਪੱਟ ਕੇ ਦੇਖਿਓ, ਉਥੋਂ ਨਿਕਲਣਗੇ ਕੋਲੇ। ਸੱਜੇ ਪਾਸੇ ਜੀ? ਸੱਜੇ ਪਾਸੇ। ਠੀਕ ਹੈ। ਠੀਕ ਹੈ, ਉਸ ਥਾਂ ਨੂੰ ਪੱਟ ਕੇ ਦੇਖਿਓ, ਕੋਲੇ ਨਿਕਲਣਗੇ। ਠੀਕ ਹੈ। ਠੀਕ ਹੈ ਬੱਚੇ, ਕਿਉਂਕਿ ਇਹ ਸ਼ਮਸ਼ਾਨੀ ਕਿਰਿਆ ਹੋਈ ਵੀ ਆ, ਉਹਦੇ ਕਰਕੇ ਤੁਹਾਡੇ ਘਰ ਦਿੱਕਤ ਆ ਰਹੀ ਹੈ। ਪਰਛਾਵਾਂ ਵੀ ਪੈਂਦਾ ਹਰ ਟਾਈਮ ਤੇ, ਜਿੱਦਾਂ ਕੋਈ ਨਾਲ ਨਾਲ ਚੀਜ਼ ਹੈਗੀ ਹੈ। ਠੀਕ ਹੈ, ਹਰ ਟਾਈਮ ਤੇ ਘਰੇ ਚੀਜ਼ ਘੁੰਮ ਰਹੀ ਆ ਉਹ। ਠੀਕ ਹੈ, ਹਰ ਟਾਈਮ ਤੇ ਉਹ ਚੀਜ਼ ਘੁੰਮ ਰਹੀ ਆ, ਬਟ ਸੇਵਾ ਦਾ ਕੋਈ ਰੋਲ ਨਹੀਂ ਆ ਰਿਹਾ ਅੱਗੇ ਮੇਰੇ ਅੱਗੇ। ਚਲੋ ਠੀਕ ਹੈ, ਤੁਹਾਡੇ ਘਰੇ ਸੇਵਾ ਹੈਗੀ ਆ, ਲੇਕਿਨ ਸੇਵਾ ਦਾ ਕੋਈ ਰੋਲ ਨਹੀਂ ਹੈਗਾ। ਇਹ ਜਿਹੜੀ ਤੇਰੇ ਤੇ ਦਿੱਕਤ ਆ ਰਹੀ ਹੈ, ਉਹ ਸ਼ਮਸ਼ਾਨੀ ਜਿਹੜੇ ਕੋਲੇ ਆ ਉਹ ਨੱਪੇ ਹੋਏ ਆ, ਉਹ ਵੀ ਕਿਸੇ ਤਾਂਤਰਿਕ ਤੋਂ ਕਰਵਾਏ ਹੋਏ ਆ। ਠੀਕ ਹੈ, ਜਿੱਦਾਂ ਕਹਿ ਦੇਣ ਮੈਂ ਆਪਾਂ ਮਤਲਬ ਮਸ਼ਾਨੀ ਕ੍ਰਿਆ ਕੀਤੀ। ਹਾਂਜੀ। ਠੀਕ ਹੈ, ਹਾਂ ਉਹ ਕਰਾਏ ਹੋਏ ਆ, ਤੇ ਉਹ ਵੀ ਕਰਨ ਵਾਲਾ ਕੋਈ ਬਾਹਰ ਦਾ ਨਹੀਂ ਹੈਗਾ।
ਬਾਹਰ ਦਾ ਨਹੀਂ ਹੈਗਾ ਠੀਕ ਹੈ ਜਨਾਨੀ ਹੈ ਲੰਬੀ ਜੀ ਹੈ ਤਿੱਖਾ ਤਿੱਖਾ ਮਤਲਬ ਲੰਬਾ ਜਿਹਾ ਹੁੰਦਾ ਚਿਹਰਾ ਠੀਕ ਹੈ ਸਾਫ ਰੰਗ ਦੀ ਆ ਵਾਲੀਆਂ ਪਾਈਆਂ ਹੋਈਆਂ ਜੂੜਾ ਕੀਤਾ ਹੋਇਆ ਫਿਰੋਜ਼ੀ ਰੰਗ ਦਾ ਸੂਟ ਹੈ ਤੇ ਚਿੱਟੀ ਚੁੰਨੀ ਲੀਤੀ ਹੈ ਆਂਦੀ ਜਾਂਦੀ ਹੈ ਤੇਰੇ ਘਰੇ ਅੱਛਾ ਜੀ ਹਾਂ ਚਲੋ ਮਤ ਪੜਾ ਹੋਵੇ ਮੈਂ ਠੀਕ ਕਰ ਥੋੜੀ ਸਾਵਧਾਨ ਰਹਿ ਆਉਂਦੇ ਤੋਂ ਠੀਕ ਹੈ ਜੀ ਕਿਉਂਕਿ ਬੱਚੇ ਜਿਹੜੀ ਇਹ ਕ੍ਰੀਆ ਕੀਤੀ ਹੋਈ ਹੈ ਇਹ ਨਾਰਮਲ ਮਾਮੂਲੀ ਜੀ ਚੀਜ਼ ਹੈ ਨਹੀਂਗੀ ਹਾਂਜੀ ਬਹੁਤ ਤਕੜੀ ਠੀਕ ਹੈ ਨਾ ਇਹ ਮਾਮੂਲੀ ਜੀ ਚੀਜ਼ ਨਹੀਂ ਹੈ ਕਿ ਜਿਵੇਂ ਆਪਾਂ ਕਹਿੰਦੇ ਵੀ ਭਲਾ ਹੋਵੇ ਚਲੋ ਭਲਾ ਤਾਂ ਹੋਏਗਾ ਕਿਉਂਕਿ ਜਿਹਨੇ ਕਹਿੰਦੇ ਬੀਜ ਬੋਏ ਹੈ ਨਾ ਉਹਨੂੰ ਤਾਂ ਮਾਂ ਮਾਈ ਸਜ਼ਾ ਦੇਗੀ ਦੇਗੀ ਠੀਕ ਹੈ ਨਾ ਉਹਨੂੰ ਤਾਂ ਦੇਗੀ ਦੇਗੀ ਅੱਜ ਨਹੀਂ ਤਾਂ ਕੱਲ ਸਜ਼ਾ ਤਾਂ ਮਿਲਣੀ ਹੈ ਕਿਉਂਕਿ ਬੁਰਾ ਕਰਮ ਇਨਸਾਨ ਇੱਕ ਵਾਰੀ ਕਰਤਾ ਦਿੰਦਾ ਸਜ਼ਾ ਉਹਨੂੰ ਬਹੁਤ ਭਾਰੀ ਭੁਗਣੀ ਪੈਂਦੀ ਹੈ ਠੀਕ ਹੈ ਲੇਕਿਨ ਇਸ ਚੀਜ਼ ਦਾ ਬੇਟਾ ਉਪਾਅ ਕਰਾ ਆਪਦੇ ਘਰ ਦਾ ਉਪਾਅ ਪਹਿਲਾਂ ਤਾਂ ਸਭ ਤੋਂ ਪਹਿਲਾਂ ਘਰੇ ਜਾ ਕੇ ਭੁਗਤੀ ਦਾ ਛਿੱਟਾ ਦੇ ਠੀਕ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਇਹ ਕੰਮ ਕਰ ਪੀਲੀ ਸਰੋਂ ਲੈ ਪੀਲੀ ਸਰੋਂ ਲੈ ਕੇ ਆਪਦੇ ਘਰ ਦੇ ਉੱਤੋਂ ਦੀ ਵਾਰ ਕੇ ਸਾਰੇ ਘਰੋਂ ਆਪਦੇ ਉੱਤੋਂ ਦੀ ਵਾਰ ਕੇ ਬਾਹਰ ਸਿੱਟ ਦੇ ਠੀਕ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਕੰਮ ਇਹ ਕਰ ਤੇਰੇ ਸਰੀਰ ਦੇ ਵਿੱਚ ਵੀ ਫਰਕ ਪੈ ਜਾਏਗਾ ਥੋੜਾ ਫਰਕ ਘਰ ਦੇ ਵਿੱਚ ਵੀ ਪੈ ਜਾਏਗਾ ਫਿਰ ਉਸ ਤੋਂ ਬਾਅਦ ਆਪਦਾ ਉਪਾਅ ਕਰ ਠੀਕ ਹੈ ਬੱਚੇ ਦਰਬਾਰ ਤੇ ਮੰਗਲਵਾਰ ਸ਼ਨੀਵਾਰ ਹਾਜ਼ਰੀਆਂ ਠੀਕ ਬੇਟਾ ਤੂੰ ਠੀਕ ਹੋ ਜਾਏਗੀ ਇੱਕਦਮ ਠੀਕ ਹੋ ਜਾਏਗੀ ਜਦੋਂ ਇਲਾਜ ਹੋਏਗਾ ਤੇਰਾ ਨਾਲ ਦੀ ਨਾਲ ਮੈਂ ਕਹਿੰਦੀ ਹਾਂ ਤੈਨੂੰ 3 ਦਿਨਾਂ ਦੇ ਵਿੱਚ ਤੂੰ ਆਪ ਕਹਿ ਦੇਗੀ ਵੀ ਮਾਤਾ ਮੈਂ ਹੁਣ ਠੀਕ ਆ ਅਬਲ ਠੀਕ ਤਾਂ ਤੂੰ ਪਹਿਲਾਂ ਹੀ ਕਹਿ ਦੇਗੀ ਮੈਨੂੰ ਦੂਜੀ ਚੌਂਕੀ ਤੇ ਆਏਗੀ ਤਾਂ ਹੀ ਫਰਕ ਪੈ ਜਾਏਗਾ ਸਤਿਗੁਰੂ ਠੀਕ ਹੈ ਲੇਕਿਨ ਜਿਹੜੀ ਇਹ ਕੰਮ ਹੈਗਾ ਇਹ ਕਰਵਾ ਦਾ ਠੀਕ ਹੈ ਬੇਟਾ ਇਹ ਕੰਮ ਕਰ ਅਰਦਾਸ ਲਾ ਕਰੇ ਮਾਂ ਮਾਈ ਦੇ ਨਾਂ ਦੀ ਠੀਕ ਹੈ ਤੇ ਇੱਕ ਜਿਹੜਾ ਕੀ ਨਾਂ ਲੈਂਦੇ ਤੇਰੇ ਕੋਲ ਕੋਈ ਨੀਲੇ ਰੰਗ ਦਾ ਸੂਟ ਵੀ ਹੈ ਕਿ ਠੀਕ ਹੈ ਜੀ ਹਾਂਜੀ ਹੈਗਾ ਹੁਣ ਇਸ ਟਾਈਮ ਤੇ ਹੈਗਾ ਨਹੀਂ ਜੀ ਤਾਂ ਮੈਂ ਸੁੱਟਦਾ ਹਾਂ ਸੁੱਟਦਾ